ਫਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਸੁਰਖੀਆਂ ਵਿੱਚ ਰਹੇ ਬੰਬੀਹਾ ਗੈਂਗ ਦੇ ਇੱਕ ਗੁਰਗੇ ਨੂੰ ਕਾਬੂ ਕਰ ਦੋ ਪਿਸਟਲ ਬਰਾਮਦ ਕੀਤੇ ਗਏ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਬੀਤੇ ਕੁਝ ਦਿਨ ਪਹਿਲਾਂ ਐਸਐਚਓ ਥਾਣਾ ਸਦਰ ਬਲਵਿੰਦਰ ਸਿੰਘ ਭੁੱਲਰ ਵੱਲੋਂ ਸਮੇਤ ਪੁਲਿਸ ਪਾਰਟੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਵਾਲ ਥਾਣਾ ਕੰਬੋਆ ਦੇ ਰਹਿਣ ਵਾਲੇ ਇੱਕ ਵਿਅਕਤੀ ਦਿਲਦਾਰ ਸਿੰਘ ਪੁੱਤਰ ਹਰਬੰਸ ਸਿੰਘ ਨੂੰ ਕਾਬੂ ਕਰ ਉਸਦੇ ਕਬਜ਼ੇ 'ਚੋਂ ਇੱਕ ਪਿਸਟਲ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ। ਉਕਤ ਵਿਅਕਤੀ ਵੱਲੋਂ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਹ ਇਹ ਪਿਸਟਲ ਵਿਸ਼ਾਲ ਉਰਫ ਬਿੱਕੀ ਪੁੱਤਰ ਸਾਹਿਬ ਵਾਸੀ ਪਿੰਡ ਸੋਢੀ ਥਾਣਾ ਸਦਰ ਪਿਪਲੀ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਕੋਲੋਂ ਖਰੀਦਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵਿਸ਼ਾਲ ਉਰਫ ਬਿੱਕੀ ਨੂੰ ਨਾਮਜ਼ਦ ਕਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਸ਼ਾਲ ਉਰਫ ਬਿੱਕੀ ਪਹਿਲਾਂ ਹੀ ਜ਼ਿਲ੍ਹਾ ਜੇਲ੍ਹ ਕੁਰੂਕਸ਼ੇਤਰ ਹਰਿਆਣਾ ਵਿੱਚ ਬੰਦ ਸੀ, ਜਿਸ ਨੂੰ ਫਗਵਾੜਾ ਪੁਲਿਸ ਵੱਲੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਵਿਸ਼ਾਲ ਉਰਫ ਵਿੱਕੀ ਨੇ ਪੁਲਿਸ ਨੂੰ ਆਪਣੇ ਘਰੋਂ ਇੱਕ ਪਿਸਟਲ, 32 ਬੋਰ ਅਤੇ ਇੱਕ ਦੇਸੀ ਕੱਟਾ ਬਰਾਮਦ ਕਰਵਾਏ। ਐਸਪੀ ਨੇ ਦੱਸਿਆ ਕਿ ਵਿਸ਼ਾਲ ਉਰਫ ਵਿੱਕੀ ਜਿਸ ਦੇ ਬੰਬੀਹਾ ਗੈਂਗ ਨਾਲ ਸੰਬੰਧ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਮੱਧ ਪ੍ਰਦੇਸ਼ ਤੋਂ ਪਿਸਟਲ ਖਰੀਦ ਕੇ ਵੇਚ ਚੁੱਕਾ ਹੈ। ਐਸਪੀ ਦੇ ਦੱਸਣ ਮੁਤਾਬਕ ਆਰੋਪੀ ਖਿਲਾਫ 25 ਸਾਲ ਦੀ ਉਮਰ ਵਿੱਚ 26 ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਆਰੋਪੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਜਿਹੜੀ ਮਾੜੇ ਅਨਸਰ ਔਰ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਵੱਡੀ ਗਈ ਹੈ, ਉਹਦੇ 'ਚ ਫਗਵਾੜਾ ਟੀਮ ਨੇ ਇੱਕ ਬਹੁਤ ਅੱਛੀ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਅੰਡਰ ਥਾਣਾ ਸਦਰ ਐਸਐਚਓ ਬਲਵਿੰਦਰ ਸਿੰਘ ਇੰਸਪੈਕਟਰ ਦੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ। ਸਾਡੇ ਕੋਲ ਪਿਛਲੇ ਦਿਨ ਇੱਕ ਪਰਚਾ FIR ਨੰਬਰ 25 ਆਰਮਸ ਐਕਟ ਆਪਾਂ ਸਦਰ ਫਗਵਾੜੇ ਰਜਿਸਟਰ ਕੀਤੀ ਸੀ, ਜਿਹਦੇ 'ਚ ਇੱਕ ਦਿਲਦਾਰ ਸਿੰਘ ਅਰੈਸਟ ਹੋਇਆ ਸੀਗਾ। ਦਿਲਦਾਰ ਸਿੰਘ ਦੀ ਪੁੱਛਗਿੱਛ ਦੇ ਵਿੱਚ ਉਹਨੇ ਦੱਸਿਆ ਸੀ ਵੀ ਉਹਨੂੰ ਇੱਕ ਵੈਪਨ ਜਿਹੜਾ ਉਸ ਟਾਈਮ ਉਹਦੇ ਕੋਲ ਰਿਕਵਰ ਹੋਇਆ ਉਹ ਵਿੱਕੀ ਸੋਢੀ ਨਾਮਕ ਇੱਕ ਦੋਸ਼ੀ ਹੈ, ਉਹਨੇ ਦਿੱਤਾ ਸੀ। ਸੋ ਵਿੱਕੀ ਸੋਢੀ ਦੀ ਅਸੀਂ ਤਫਤੀਸ਼ ਦੇ ਦੌਰਾਨ ਇਹ ਸਾਰਾ ਪਤਾ ਕਰਾਇਆ ਤਾਂ ਇਹ ਪਤਾ ਲੱਗਿਆ ਕਿ ਉਹ ਆਲਰੇਡੀ ਕੁਰੂਕਸ਼ੇਤਰ ਜੇਲ੍ਹ ਦੇ ਵਿੱਚ ਬੰਦ ਹੈ, ਜਿਹਨੂੰ ਪ੍ਰੋਡਕਸ਼ਨ ਰਨ 'ਤੇ ਲਿਆਂਦਾ ਗਿਆ, ਔਰ ਇਹਦਾ ਇਹ ਪਤਾ ਲੱਗਿਆ ਕਿ ਇਹ 26 ਪਰਚਿਆਂ ਦੇ ਵਿੱਚ ਇਹਦੇ ਆਲਰੇਡੀ ਹੀ ਇਜ਼ ਕ੍ਰਿਮੀਨਲ 36 FIRs, ਜਿਹਦੇ ਵਿੱਚ ਨਾ ਸਿਰਫ ਲੜਾਈ ਝਗੜੇ 307 ਦੇ ਆਰਮਸ ਐਕਟ, 302 ਦੇ ਮਰਡਰ ਕੇਸਿਸ ਵੀ ਕਾਫੀ ਇਹਦੇ 'ਤੇ ਹੈਗੇ ਨੇ, ਔਰ ਇਹ ਕਾਫੀ ਹਾਰਡਕੋਰ ਕ੍ਰਿਮੀਨਲ ਹੈ ਜਿਹਦੀ ਐਸੋਸੀਏਸ਼ਨ ਬੰਬੀਹਾ ਗਰੁੱਪ ਦੇ ਨਾਲ ਹੈ। ਔਰ ਇਹਨੂੰ ਅਸੀਂ ਜਦੋਂ ਕੁਐਸ਼ਨਿੰਗ ਕੀਤੀ ਵੀ ਕਿੱਥੋਂ ਵੈਪਨ ਲੈ ਕੇ ਆਉਂਦਾ ਹੈ, ਤਾਂ ਉਹਦੇ ਵਿੱਚ ਸਾਨੂੰ ਇਹਨੇ ਆਪਣੇ ਨਿਸ਼ਾਨਦੇਹੀ 'ਤੇ ਆਪਣੇ ਘਰੋਂ 2 ਵੈਪਨ ਹੋਰ ਰਿਕਵਰ ਕਰਵਾਏ, ਜਿਹਦੇ ਵਿੱਚ ਇੱਕ 32 ਬੋਰ ਪਿਸਟਲ ਔਰ ਇੱਕ ਦੇਸੀ ਕੱਟਾ ਰਿਕਵਰ ਹੋਇਆ। ਇਹ ਸਾਰੇ ਜਿਹੜੇ ਵੈਪਨ ਹੈ ਇਸ ਤੋਂ ਇਲਾਵਾ ਵੀ ਜਿਹੜੇ ਨੇ ਇਹ MP ਤੋਂ ਲੈ ਕੇ ਆਉਂਦਾ ਸੀਗਾ, ਔਰ ਇਹਨੇ ਆਪਣੇ ਘਰ ਲੁਕੋ ਕੇ ਰੱਖੇ ਹੋਏ ਸੀਗੇ। ਅਤੇ ਇਹਦੀ ਜਿਹੜੀ ਐਸੋਸੀਏਸ਼ਨ ਹੈ ਇਹ ਕਾਫੀ ਹਾਰਡਕੋਰ ਗਰੁੱਪ ਜਿਹੜਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ 'ਤੇ ਗੈਂਗਸਟਰ ਦਾ ਚੱਲ ਰਿਹਾ, ਇਹ ਉਹਦੇ ਨਾਲ ਐਸੋਸੀਏਟਿਡ ਸੀਗਾ। ਤਾਂ ਇਹਦੀ ਪੁੱਛਗਿੱਛ 'ਚ ਅਸੀਂ ਅੱਗੇ ਹੋਰ ਵੀ ਤਫਤੀਸ਼ ਸਾਡੇ ਕੋਲ 2 ਦਿਨ ਦੇ ਰਿਮਾਂਡ 'ਤੇ ਹੈ, ਇਹ ਵੀ ਪਤਾ ਕਰਾਇਆ ਜਾਏਗਾ ਕਿਹਨੇ ਹੋਰ ਕਿਹਨੂੰ ਪਿਸਟਲਸ ਕਿੱਥੋਂ ਕਿੱਥੋਂ ਲਿਆ ਕੇ ਦਿੱਤੇ ਹੈਗੇ ਨੇ, ਅਤੇ ਇਹਦੀ ਤਫਤੀਸ਼ ਜਾਰੀ ਹੈ ਜੀ। ਉਹ ਕਿੰਨੇ ਕੁ ਵੇਚ ਚੁੱਕਾ ਹੁਣ ਤੱਕ ਲਿਆ ਗਿਆ? ਉਹਨੇ ਜੀ 100 ਦੇ ਹਿਸਾਬ ਨਾਲ ਹੀ ਉਹਨੇ ਵੇਚੇ ਹੈਗੇ ਆ, ਪਰ ਸਾਡੇ ਇਸ ਕੇਸ ਦੇ ਵਿੱਚ ਸਾਡੇ ਕੋਲ ਹੁਣ ਕੁੱਲ 3 ਪਿਸਟਲਸ ਦੇ ਵਿੱਚ ਰਿਕਵਰ ਹੋ ਗਏ ਨੇ,
ਅਤੇ ਇਹ ਵੀ ਲਗਭਗ ਕੋਈ 25,000 ਕੋਈ 30,000 ਦੀ ਕੋਸਟ ਵਾਲਾ ਪਿਸਟਲ ਹੈਗਾ ਜਿਹੜਾ ਕਿ ਇਹ ਐਮ ਪੀ ਤੋਂ ਲੈ ਕੇ ਆਉਂਦਾ ਸੀ, ਕਦੇ ਇਹ ਆਪ ਜਾ ਕੇ ਜਾਂ ਕਦੇ ਇਹਦੇ ਐਸੋਸੀਏਟਸ ਲਿਆ ਕੇ ਅਤੇ ਅੱਗੇ ਇਹ ਪ੍ਰੋਫਿਟ 'ਤੇ ਹੀ ਵੇਚਦੇ ਸੀ। ਕਿੰਨੇ ਕਿੰਨੇ ਲੈ ਕੇ ਆਉਂਦਾ ਸੀ ਇਹ ਸਾਹਮਣੇ? ਇਹ ਇਹਦੇ ਇੱਕ ਮੁਕੱਦਮੇ ਦੇ ਵਿੱਚ ਤਾਂ ਇਹ 8 ਲੈ ਕੇ ਆਇਆ ਸੀਗਾ ਜੋ ਅਸੀਂ ਇਹਦੀ ਤਫਤੀਸ਼ ਦੌਰਾਨ ਇਹਦਾ ਪਿਛੋਕੜ ਵੀ ਸਾਰਾ ਚੈੱਕ ਕੀਤਾ ਹੈਗਾ, ਤੋ ਕਦੇ ਕੋਈ 5 ਲੈ ਆਉਂਦੇ, ਕਦੇ 8 ਲੈ ਆਉਂਦੇ, ਕਦੇ 2 ਲੈ ਆਉਂਦੇ ਡਿਪੈਂਡਿੰਗ, ਜਾਂ ਕਦੇ ਕਿਸੇ ਤੋਂ ਜਿਹੜਾ ਕੋਈ ਲੈ ਕੇ ਆਇਆ ਉਹਦੇ ਤੋਂ ਲੈ ਲਏ ਅਤੇ ਅੱਗੇ ਫਰਦਰ ਪ੍ਰੋਫਿਟ 'ਤੇ ਵੇਚਿਆ। ਇਸ ਤਰੀਕੇ ਦਾ ਮਾਡਲ ਸੀ। ਮੈਮ ਫਗਵਾੜਾ ਸ਼ਹਿਰ 'ਚ ਕਿੰਨੇ ਦੇ ਚੁੱਕੇ ਆ ਹੁਣ ਤੱਕ? ਫਿਲਹਾਲ ਸਾਡਾ ਜਿਹੜਾ ਇਸ ਮੁਕੱਦਮੇ ਦੇ ਵਿੱਚ ਇਹਦਾ ਇਹੀ ਰੋਲ ਆਇਆ, ਹੋਰ ਫਗਵਾੜੇ 'ਚ ਦੀ ਕੋਈ ਐਕਟੀਵਿਟੀ ਨਹੀਂ ਆਈ ਹੈ, ਪਰ ਕਿਉਂਕਿ ਸਾਡੇ ਕੋਲ ਹਜੇ ਵੀ ਰਿਮਾਂਡ 'ਤੇ ਹੈ ਅਤੇ ਇਹਨੂੰ ਅਸੀਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ, ਆਏਗੀ ਤਾਂ ਵੀ ਵਿਲ ਸ਼ੇਅਰ ਇਟ ਵਿਦ ਮੀਡੀਆ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।